ਹਾਂਜੀ, ਤਾਂ ਤੁਹਾਨੂੰ ਪਤਾ ਹੀ ਹੈ ਜੀ, ਸਟੱਡੀ ਸੋਲੂਸ਼ਨ ਦੇ ਹਮੇਸ਼ਾ ਐਫਰਟਸ ਹੁੰਦੇ ਨੇ ਟਾਈਮ ਤੋਂ ਪਹਿਲਾਂ ਬੈਸਟ ਸੋਲੂਸ਼ਨ ਲੈ ਕੇ ਆਉਣਾ। ਹੁਣ ਗੱਲ ਇਹ ਹੈਗੀ ਹੈ ਜੀ, ਪਹਿਲਾਂ ਟਾਈਮ ਹੁੰਦਾ ਸੀਗਾ ਵੀ ਸਟੂਡੈਂਟ ਨੂੰ ਜੇ ਟੀਚਰ ਵਧੀਆ ਪੜ੍ਹਾ ਰਿਹਾ, ਟੀਚਰ ਵਧੀਆ ਕਨਸੈਪਟ ਸਮਝਾ ਰਿਹਾ ਤਾਂ ਵਧੀਆ ਲੱਗਦਾ ਸੀ। ਹੁਣ ਸਟੂਡੈਂਟ ਦੀਆਂ ਰਿਕੁਆਇਰਮੈਂਟਸ ਹੀ ਚੇਂਜ ਹੋ ਗਈਆਂ। ਅੱਜ ਦਾ ਸਟੂਡੈਂਟ ਕੀ ਡਿਮਾਂਡ ਕਰ ਰਿਹਾ ਵੀ ਟੀਚਰ ਵਧੀਆ ਪੜ੍ਹਾਵੇ। ਉਸ ਤੋਂ ਬਾਅਦ ਟੀਚਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਉਹਨੇ ਆਪ ਵੀ ਉਹ ਕੀਤਾ ਹੋਵੇ ਜੋ ਸਟੂਡੈਂਟ ਕਰ ਰਿਹਾ। ਇਹਦੇ ਨਾਲ ਸਟੂਡੈਂਟ ਦਾ ਟਰੱਸਟ ਇਨਕਰੀਜ਼ ਹੁੰਦਾ, ਸਟੂਡੈਂਟ ਉਹਨੂੰ ਡੈਡੀਕੇਟਿਡਲੀ ਫੋਲੋ ਕਰਦਾ ਅਤੇ ਜਲਦੀ ਰਿਜ਼ਲਟਸ ਲੈ ਕੇ ਆਉਂਦਾ। ਤਾਂ ਕਿਤੇ ਨਾ ਕਿਤੇ ਮੈਂ ਵੀ ਇਹ ਚੀਜ਼ ਨਾਲ ਐਗਰੀ ਕਰਦਾ। ਹੁਣ ਇਹੀ ਰਿਕੁਆਇਰਮੈਂਟ ਫੁਲਫਿਲ ਕਰਨ ਦੇ ਲਈ ਸਟੱਡੀ ਸੋਲੂਸ਼ਨ ਤੁਹਾਡੇ ਲਈ ਇੱਕ ਬਹੁਤ ਵਧੀਆ ਸੋਲੂਸ਼ਨ ਲੈ ਕੇ ਆਇਆ, ਤੁਹਾਡੇ ਸਾਹਮਣੇ ਖੜ੍ਹੇ ਨੇ ਸ਼ੁਭਮ ਸਰ। ਤਾਂ ਉਹਨਾਂ ਬਾਰੇ ਥੋੜ੍ਹਾ ਜਿਹਾ ਬੇਸਿਕ ਦੱਸਾਂਗਾ। ਸ਼ੁਭਮ ਸਰ ਨੇ, ਮੈਂ ਵੀ ਤੁਹਾਨੂੰ ਪਤਾ ਵੀ ਹੋਵੇ ਜੀ, ਆਪਣੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ, ਪਤਾ ਹੀ ਹੋਏਗਾ ਵੈਸੇ ਤਾਂ ਤੁਹਾਨੂੰ, ਕਈ ਸਟੂਡੈਂਟਸ ਦਾ ਪਤਾ ਹੀ ਹੋਏਗਾ। ਤਾਂ ਸਟੂਡੈਂਟ ਸਰ ਦੀਆਂ ਸ਼ੁਭਮ ਸਰ ਦੀਆਂ ਸੋਰੀ ਕੀ ਰੀਸੈਂਟ ਅਚੀਵਮੈਂਟਸ ਨੇ ਉਹ ਥੋੜ੍ਹੀਆਂ ਤੁਹਾਨੂੰ ਦੱਸ ਦਿੰਦਾ। ਇਹਨਾਂ ਦੀਆਂ ਅਚੀਵਮੈਂਟਸ ਤਾਂ ਇੰਨੀਆਂ ਜੀ, ਇੰਨੀ ਛੋਟੀ ਵੀਡੀਓ 'ਚ ਆਪਾਂ ਦੱਸ ਹੀ ਨਹੀਂ ਸਕਦੇ। ਤਾਂ ਬੇਸਿਕਲੀ PCS ਜਿਹਦੀ ਤਿਆਰੀ ਦੇ ਲਈ ਇਹ ਮੇਨ ਮੰਨੇ ਜਾਂਦੇ ਨੇ, ਸਾਡੇ ਸਿਵਲ ਸਰਵਿਸਿਜ਼ ਦੇ ਚੀਫ ਮੈਂਟਰ ਨੇ। ਤਾਂ ਹੁੰਦਾ ਕੀ ਸੀ, ਹੁਣ ਤੱਕ PCS ਦੀਆਂ ਗਾਈਡੈਂਸ ਵਾਲੀਆਂ ਵੀਡੀਓਜ਼ ਤਾਂ ਆਪਾਂ ਅਪਲੋਡ ਕਰਦੇ ਸੀ, ਤਾਂ ਚੱਲ ਕੀ ਰਿਹਾ ਸੀ, ਇਹ ਮੈਨੂੰ ਸਿਖਾਉਂਦੇ ਸੀ, ਮੈਂ ਤੁਹਾਨੂੰ ਸਮਝਾਉਂਦਾ ਸੀ, ਅੱਗੇ ਸਿਸਟਮ ਐਵੇਂ ਚੱਲ ਰਿਹਾ ਸੀਗਾ। ਹੁਣ ਇਹਨਾਂ ਦੀਆਂ ਥੋੜ੍ਹੀਆਂ ਬਹੁਤ ਅਚੀਵਮੈਂਟਸ ਦੱਸਦੇ ਹਾਂ। ਤਾਂ ਜਿਹੜਾ ਸਭ ਤੋਂ ਔਖਾ ਪੇਪਰ ਹੋਇਆ ਅੱਜ ਤੱਕ PCS ਦੀ ਹਿਸਟਰੀ ਦਾ, ਮੇ ਵੀ ਤੁਹਾਨੂੰ ਨਾ ਪਤਾ ਹੋਵੇ, 21 ਦੇ ਵਿੱਚ ਸਭ ਤੋਂ ਔਖਾ ਪੇਪਰ ਹੋਇਆ, ਇੱਕਦਮ ਇਹਨਾਂ ਨੇ ਆਪਣਾ ਲੈਵਲ ਚੇਂਜ ਕੀਤਾ ਸੀਗਾ। ਤਾਂ ਉਹ ਵਾਲੇ ਪੇਪਰ ਦੇ ਵਿੱਚ ਇਹਨਾਂ ਦਾ ਪ੍ਰੀਲਿਮਸ ਵੀ ਵਧੀਆ ਮਾਰਕਸ ਨਾਲ ਕੁਆਲੀਫਾਈ ਸੀ, ਸਪੈਸ਼ਲੀ GS 'ਚੋਂ ਜਿਹੜੇ ਮਾਰਕਸ ਸੀਗੇ। ਉਸ ਤੋਂ ਬਾਅਦ ਮੇਨਸ ਵੀ ਕੁਆਲੀਫਾਈ ਸੀ, ਆਲਮੋਸਟ ਸਕਸੈਸ ਦੇ ਨੇੜੇ ਸੀ, ਇੰਟਰਵਿਊ ਇਹਨਾਂ ਨੇ ਅਪੀਅਰ ਕੀਤੀ ਹੈ। ਉਸ ਤੋਂ ਬਾਅਦ ਮੇ ਵੀ ਤੁਹਾਨੂੰ ਪਤਾ ਹੋਵੇ ਕਿ PCS ਪ੍ਰੀਲਿਮਸ ਤੋਂ ਵੀ ਔਖਾ ਪੇਪਰ ਹੋਇਆ ਸੀ, ਜਿਹੜਾ ਸੀ PPSC ਨੈਪ ਤਹਿਸੀਲਦਾਰ। ਤਾਂ ਉਹਦੀ ਤਾਂ ਜੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ। ਹਾਂਜੀ, ਬਾਕੀ ਜਿਹੜੇ ਇਸ ਤਰ੍ਹਾਂ ਦੇ ਐਗਜ਼ਾਮਸ ਨੇ ਉਹ ਤਾਂ ਤੁਹਾਨੂੰ ਪਤਾ ਜੀ, ਸਾਡੀ ਫੈਕਲਟੀ ਜਿੰਨੇ ਵੀ ਮੈਂਬਰਸ ਨੇ ਸਾਰੀ ਵਾਰ ਵਾਰ ਕੁਆਲੀਫਾਈ ਕਰ ਚੁੱਕੇ ਹੈ। ਤਾਂ ਮੈਂ ਉਮੀਦ ਕਰਦਾ ਜੀ PCS ਦੀ ਗਾਈਡੈਂਸ ਨੂੰ ਲੈ ਕੇ ਸਟੱਡੀ ਸੋਲੂਸ਼ਨ ਦੇ ਉੱਤੇ ਰੈਗੂਲਰ ਜੋ ਵੀ ਆਏਗਾ, ਜਿਹੜੇ ਵੀ ਸਟੂਡੈਂਟਸ ਨੂੰ ਰਿਕੁਆਇਰਡ ਹੋਏਗਾ ਉਹ ਫੁਲਫਿਲ ਕਰਨਗੇ। ਠੀਕ ਹੈ ਜੀ, ਹੁਣ ਤੁਹਾਨੂੰ ਥੋੜ੍ਹਾ ਜਿਹਾ ਸ਼ੁਭਮ ਸਰ ਆਪਣੇ ਬਾਰੇ ਦੱਸਣਗੇ, ਬਾਕੀ ਤੁਹਾਨੂੰ ਟਾਈਮ ਟੂ ਟਾਈਮ ਇਹ ਸਟੱਡੀ ਸੋਲੂਸ਼ਨ ਦੇ ਉੱਤੇ ਡੈਫੀਨੇਟਲੀ ਮਿਲਦੇ ਰਹਿਣਗੇ। ਆ ਜਾਓ ਸਰ। ਥੈਂਕ ਯੂ ਸਰ, ਗੁੱਡ ਈਵਨਿੰਗ ਟੂ ਆਲ। ਬੇਸਿਕਲੀ ਅੱਜ ਆਪਾਂ ਜਿਸ ਚੀਜ਼ ਦੀ ਗੱਲ ਕਰਾਂਗੇ ਉਹ ਨੋਰਮਲੀ PCS ਦੇ ਰਿਗਾਰਡਿੰਗ ਹੀ ਗੱਲ ਕਰਾਂਗੇ। ਵੈਸੇ PCS ਦੇ ਨਾਲ UPSC ਦੀ ਗੱਲ ਕਰਨਾ ਥੋੜ੍ਹਾ ਜਿਹਾ ਜ਼ਰੂਰੀ ਹੋ ਜਾਂਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ PCS ਅਗਰ ਆਪਣਾ ਕੁਝ ਲੈਵਲ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੇਗਾ ਵੀ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ UPSC ਦਾ ਪੈਟਰਨ ਫੋਲੋ ਕਰ ਸਕਦਾ, ਜਾਂ ਫਿਰ ਉਹਦੀਆਂ ਜਿਸ ਤਰ੍ਹਾਂ ਨਾਲ ਅੱਜ ਕੱਲ੍ਹ ਕਰੰਟ ਅਫੇਅਰਸ ਦੇ ਟੋਪਿਕ ਕਿਵੇਂ ਉਠਾਉਂਦਾ, ਕਿਵੇਂ ਕੁਸ਼ਚਨਸ ਬਣਦੇ ਸਟੈਟਿਕ ਤੋਂ, ਉਵੇਂ ਚੱਲਣ ਦੀ ਕੋਸ਼ਿਸ਼ ਕਰਦਾ। ਬਟ ਬੇਸਿਕਲੀ ਆਪਾਂ PCS ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ। ਮੈਂ ਡਾਇਰੈਕਟਲੀ PCS ਦੀ ਅਗਰ ਮੈਂ ਗੱਲ ਕਰਾਂ, ਤਾਂ ਬੇਸਿਕਲੀ ਮੈਂ ਮੰਨ ਕੇ ਚੱਲਦਾ ਕਿ ਅਗਰ ਕੋਈ ਵੀ ਸਟੂਡੈਂਟ PCS ਦਾ ਐਗਜ਼ਾਮ ਦੇਣ 'ਚ ਇੰਟਰਸਟਡ ਹੈ ਤਾਂ ਉਹ ਇਸ ਐਗਜ਼ਾਮ ਨੂੰ ਅੰਡਰ ਐਸਟੀਮੇਟ ਨਾ ਕਰੇ, ਇੱਕ ਤਰ੍ਹਾਂ ਦਾ ਪ੍ਰੋਪਰ ਬੈਟਲ ਹੈ। ਅਤੇ ਕਿਸੇ ਵੀ ਬੈਟਲ ਨੂੰ ਜਿੱਤਣ ਲਈ ਤੁਹਾਡੇ ਕੋਲ ਉਸ ਬੈਟਲ ਦੀਆਂ ਪ੍ਰਸਥਿਤੀਆਂ ਕੀ ਨੇ, ਤੁਹਾਡੇ ਕੋਲ ਆਪਦੇ ਵੈਪਨਸ ਕੀ ਨੇ ਬੈਟਲ ਨੂੰ ਜਿੱਤਣ ਲਈ, ਬਹੁਤ ਹੀ ਕਲੀਅਰ ਹੋਣਾ ਚਾਹੀਦਾ ਮਾਇੰਡ ਦੇ ਵਿੱਚ। ਬੈਟਲ ਉਹ ਕਿੰਨੇ ਸਟੇਜਿਸ ਦੇ ਵਿੱਚ ਲੜੀ ਜਾਏਗੀ, ਅਗਰ ਮੰਨ ਲਓ ਤੁਸੀਂ ਬੈਟਲ ਦੇ ਵਿੱਚ ਚਲੇ ਗਏ, ਠੀਕ ਹੈ, ਇਨੀਸ਼ੀਅਲ ਸਕਸੈਸ ਮਿਲ ਰਹੀ ਹੈ, ਲੇਕਿਨ ਇਨ ਬਿਟਵੀਨ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਨਾ। ਮਤਲਬ ਕਿ PCS ਤਾਂ ਇੱਕ ਬੈਟਲ ਦੀ ਤਰ੍ਹਾਂ ਹੀ ਚੱਲੇਗਾ ਆਪਣਾ। ਕਿਉਂ ਚੱਲੇਗਾ? ਬਿਕੋਜ਼ ਇਹ ਇੱਕ ਸਟੇਜ ਦੇ ਵਿੱਚ ਡਿਵਾਈਡ ਹੋਇਆ ਹੋਇਆ ਐਗਜ਼ਾਮ ਹੈ। 3 ਸਟੇਜਿਸ ਹੁੰਦੀਆਂ ਨੇ, ਸਾਰਿਆਂ ਨੂੰ ਪਤਾ ਹੈ, ਪ੍ਰੀਲਿਮਸ ਫੇਸ ਸਟੇਜ 1, ਦੈਨ ਫਿਰ ਆਪਣਾ ਮੇਨਸ, ਦੈਨ ਫਿਰ ਆਪਣਾ ਇੰਟਰਵਿਊ।
ਬੇਸਿਕਲੀ ਇੰਟਰਵਿਊ ਤੱਕ ਪਹੁੰਚਣ ਤੋਂ ਬਾਅਦ ਜਿਹੜੀ ਪੂਰੀ ਜਰਨੀ ਹੁੰਦੀ ਹੈ, ਸਟਰਗਲ ਹੁੰਦੀ ਹੈ, ਉਹਦੇ ਬਾਰੇ ਕਾਫੀ ਸਾਰੀਆਂ ਚੀਜ਼ਾਂ ਖੁਦ ਐਨਾਲਾਈਜ਼ ਕਰਨ ਤੋਂ ਬਾਅਦ, ਸਮਝਣ ਤੋਂ ਬਾਅਦ ਸਾਨੂੰ ਇਹ ਲੱਗਦਾ ਕਿ ਅਗਰ ਸਟੂਡੈਂਟ ਇੱਕ ਪ੍ਰੋਪਰ ਗਾਈਡੈਂਸ ਦੇ ਅੰਡਰ ਕੰਮ ਕਰਨ ਤਾਂ ਦੇਖੋ ਸਕਸੈਸ ਮਿਲਣਾ ਜਾਂ ਨਾ ਮਿਲਣਾ ਲੱਕ ਦੇ ਉੱਤੇ ਵੀ ਮੈਟਰ ਕਰਦਾ, ਬਟ ਇਹ ਹੁੰਦਾ ਕਿ ਬੰਦੇ ਦਾ ਟਾਈਮ ਵੇਸਟ ਨਹੀਂ ਹੁੰਦਾ, ਬੰਦੇ ਨੂੰ ਇਹ ਫੀਲ ਨਹੀਂ ਹੁੰਦਾ ਕਿ ਅਗਰ ਮੰਨ ਲਓ ਮੈਨੂੰ ਆਹ ਚੀਜ਼ ਮਿਲ ਜਾਂਦੀ ਤਾਂ ਮੇਰਾ ਸ਼ਾਇਦ ਹੋ ਜਾਂਦਾ। ਫਿਰ ਅਲਟੀਮੇਟਲੀ ਲਾਸਟ ਟਾਈਮ ਬਸ ਇਹੀ ਰਹਿ ਜਾਂਦਾ ਕਿ ਲੱਕ 'ਚ ਦਿੱਕਤ ਹੋ ਸਕਦੀ ਹੈ, ਤੁਹਾਡੇ ਹਾਰਡਵਰਕ ਜਾਂ ਤੁਹਾਡੀ ਗਾਈਡੈਂਸ ਦੇ ਵਿੱਚ ਕੋਈ ਕਮੀ ਨਹੀਂ ਹੈ। ਤਾਂ ਸਾਡਾ ਪਰਪਜ਼ ਇਹ ਹੋਊਗਾ ਕਿ ਅਗਰ ਮੰਨ ਲਓ ਤੁਹਾਡਾ ਇਗਜ਼ਾਮ ਕਲੀਅਰ ਨਹੀਂ ਹੁੰਦਾ ਤਾਂ ਤੁਹਾਡੀ ਲੱਕ 'ਚ ਪ੍ਰੋਬਲਮ ਹੋਵੇ, ਤੁਹਾਡੀ ਗਾਈਡੈਂਸ ਤੁਹਾਡੀ ਹਾਰਡਵਰਕ ਦੇ ਵਿੱਚ ਕੋਈ ਕਮੀ ਨਾ ਹੋਵੇ, ਤੁਹਾਡੇ ਕੋਲ ਜਦੋਂ ਵੀ ਰਿਜ਼ਲਟ ਆਵੇ ਅਗਰ ਨਹੀਂ ਵੀ ਹੁੰਦਾ ਤਾਂ ਇੱਕ ਵਰਡ ਨਾ ਹੋਣ, ਅਸੀਂ ਬੇਸਿਕਲੀ ਤੁਹਾਡੀ ਉਹ ਰਿਕੁਆਇਰਮੈਂਟ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਗਾਈਡੈਂਸ ਪੁਆਇੰਟ ਆਫ ਵਿਊ ਨਾਲ ਮੈਂ ਤੁਹਾਨੂੰ ਦੱਸ ਦਿੰਦਾ, ਬੇਸਿਕਲੀ ਜਿਹੜਾ ਟਾਰਗੇਟ ਹੈ ਫਿਲਹਾਲ ਤੁਸੀਂ ਪ੍ਰੀਲਿਮਸ ਦੇ ਉੱਤੇ ਕਰੋ, ਮੋਸਟ ਐਕਸਪੈਕਟਡ ਹੈ ਕਿ ਪੀਸੀਐਸ 2024 ਦੇ ਵਿੱਚ ਨੋਟੀਫਿਕੇਸ਼ਨ ਤਾਂ ਆ ਜਾਏਗਾ ਅਗਰ ਐਗਜ਼ਾਮ ਨਹੀਂ ਵੀ ਹੋਏਗਾ। ਤਾਂ ਪ੍ਰੀਲਿਮਸ ਨੂੰ ਹੀ ਫੋਕਸ ਕਰਨਾ ਹੈ, ਪ੍ਰੀਲਿਮਸ ਦੇ ਪੁਆਇੰਟ ਆਫ ਵਿਊ ਨਾਲ GS1 ਅਤੇ GS2 ਜਿਹਨੂੰ ਆਪਾਂ CSAT ਕਹਿੰਦੇ ਹਾਂ, ਦੋਨੋਂ ਹੀ ਟਫ ਚੱਲ ਰਹੇ ਅੱਜ ਦੇ ਟਾਈਮ ਦੇ ਵਿੱਚ। CSAT ਲਈ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ, ਐਵੇਂ ਤਾਂ GS1 ਦਾ ਜਿਹੜਾ ਹੈਗਾ ਸਿਲੇਬਸ ਕਿਆ ਹੈ ਕਿਵੇਂ ਚੱਲੇਗਾ ਪ੍ਰੋਪਰ ਅਲੱਗ ਤੋਂ ਵੀਡੀਓ ਬਣੇਗੀ, ਲੇਕਿਨ ਅਸੀਂ ਤੁਹਾਨੂੰ ਇਹ ਚੀਜ਼ ਕਹਿ ਸਕਦੇ ਹਾਂ ਕਿ ਪ੍ਰੋਪਰ ਗਾਈਡੈਂਸ, ਤੁਸੀਂ ਕੁਸ਼ਚਨਸ ਨੂੰ ਦੇਖੋ, ਇਨਫੋਰਮੇਸ਼ਨ ਤਾਂ ਬਹੁਤ ਸਾਰੀ ਇਕੱਠੀਆਂ ਕਰ ਲਾਂਗੇ, ਕੋਈ ਇਸ਼ੂ ਨਹੀਂ ਹੈ, ਤੁਸੀਂ ਸੋ ਮੈਨੇ ਯੂਟਿਊਬ ਚੈਨਲਸ ਤੋਂ ਜਾ ਕੇ ਪੜ੍ਹ ਵੀ ਸਕਦੇ ਹੋ, ਉਹ ਕੰਟੈਂਟ ਇਕੱਠਾ ਕਰਨ ਵਾਲੀ ਗੱਲ ਹੋ ਜਾਂਦੀ ਹੈ, ਬਟ ਉਸ ਇਨਫੋਰਮੇਸ਼ਨ ਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਰਿਟੇਨ ਕਿਵੇਂ ਕਰਨਾ ਹੈ, ਪੇਪਰ ਦੇ ਵਿੱਚ ਕਿਸ ਇਨਫੋਰਮੇਸ਼ਨ ਦਾ ਯੂਜ਼ ਕਰਕੇ, ਅਗਰ ਮੰਨ ਲਓ ਤੁਹਾਨੂੰ ਕੁਸ਼ਚਨ ਨਹੀਂ ਵੀ ਆਉਂਦਾ ਤਾਂ ਤੁਸੀਂ ਉਹਦੇ ਗੈਸ ਵਰਕ ਕਿਵੇਂ ਕਰਨਾ, ਸੋ ਦੈਟ ਕਿ ਮੋਸਟ ਆਫ ਦਾ ਚਾਂਸਿਸ ਆਪਾਂ ਆਪਣੇ ਗੈਸ ਵਰਕ ਨੂੰ ਸਕਸੈਸ ਦੇ ਵਿੱਚ ਕਨਵਰਟ ਕਰ ਸਕੀਏ। ਆਲ ਟਾਈਪ ਦੀ ਗਾਈਡੈਂਸ ਜਿਹੜੀ ਹੈਗੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਥੈਂਕ ਯੂ ਸਰ। ਤਾਂ ਦੇਖੋ ਜੀ, ਵੈਸੇ ਆਪਣਾ ਸਿਸਟਮ ਚੱਲ ਹੀ ਰਿਹਾ 24/7 ਗਾਈਡੈਂਸ ਕਮ ਸਪੋਰਟਸ BCD ਸਾਰੇ ਉਸ 'ਚ। ਅੱਜ ਤੋਂ ਜਿਹੜਾ ਹੈਗਾ ਮੈਂ ਇਹ 'ਚ ਵੀ ਇਹ ਛੋਟੀ ਦਿੰਦਾ ਕਿ ਗਾਈਡੈਂਸ ਦੀ ਕਮੀ ਨਹੀਂ ਆ ਪਾਈ ਸਟੱਡੀ ਸਲਿਊਸ਼ਨ ਦੇ ਉੱਤੇ, PCS ਨੂੰ ਲੈ ਕੇ, ਪਰਟੀਕੁਲਰਲੀ PCS 2024 ਨੂੰ ਲੈ ਕੇ ਗਾਈਡੈਂਸ ਕਮ ਸਪੋਰਟ ਦੀ ਕਮੀ ਨਹੀਂ ਆਏਗੀ। ਤੁਸੀਂ ਜਿਹੜੇ ਮਰਜ਼ੀ ਸੋਰਸ ਤੋਂ ਪੜ੍ਹੋ, ਜਿਹੜੇ ਮਰਜ਼ੀ ਇੰਸਟੀਟਿਊਟ ਤੋਂ ਪੜ੍ਹੋ, ਮੈਂ ਜਸਟ ਤੁਹਾਨੂੰ ਇਹੀ ਕਹਾਂਗਾ ਤੁਸੀਂ ਗਾਈਡੈਂਸ ਵਾਲੀਆਂ ਵੀਡੀਓਜ਼ ਜ਼ਰੂਰ ਰੈਗੂਲਰਲੀ ਫੋਲੋ ਕਰ ਲਿਓ, ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਿਦ ਇਨ ਸਮ ਡੇਜ਼ ਡਿਫਰੈਂਸ ਪਤਾ ਚੱਲ ਜਾਏਗਾ। ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।